ਠੀਕ ਹੈ ਜੀ ਕਰਵਾਉਣ ਦੀ ਦੇਖੋ ਮੈਂ ਸ਼ੁਰੂ ਤੋਂ ਹੀ ਜਥੇਦਾਰ ਕਰਨੈਲ ਸਿੰਘ ਜੀ ਪੰਜੋਲੀ ਤੇ ਸੁੱਖੀ ਵਾਰਡ ਜੀ ਉਹਨਾਂ ਨਾਲ ਰਲ ਕੇ ਸਮਾਜ ਦੇ ਭਲੇ ਲਈ ਅਸੀਂ ਕੁਛ ਨਾ ਕੁਛ ਉਪਰਾਲਾ ਕਰਦੇ ਰਹਿੰਦੇ ਹਾਂ ਤੇ ਮੇਰੀ ਇੱਛਾ ਸੀ ਵੀ ਜਦੋਂ ਮੇਰੀ ਮੈਰਿਜ ਹੋਵੇ ਨਵੇਂ ਜ਼ਿੰਦਗੀ ਦੀ ਸ਼ੁਰੂਆਤ ਹੋਵੇ ਤਾਂ ਉਹ ਸਮਾਜ ਨੂੰ ਇੱਕ ਵਿਲੱਖਣ ਸੇਧ ਦਿੱਤੀ ਜਾਵੇ ਤਾਂ ਅੱਜ ਅਸੀਂ ਜਿੱਥੇ ਸਾਦਾ ਵਿਆਹ ਕੀਤਾ ਉੱਥੇ ਅੱਜ ਅਸੀਂ ਅੱਖਾਂ ਦਾਨ ਕਰਨ ਦਾ ਜਿਹੜਾ ਪੁਰਾਣਾ ਉਹ ਫਾਰਮ ਭਰਿਆ ਅਤੇ ਮੈਨੂੰ ਇਸ ਗੱਲ ਦੀ ਇੱਕ ਆਪਣੇ ਆਪ 'ਤੇ ਤਸੱਲੀ ਹੈ ਕਿ ਅਸੀਂ ਸਮਾਜ ਨੂੰ ਇੱਕ ਇਹ ਵੱਖਰੀ ਸੇਧ ਹੋਵੇਗੀ ਅਤੇ ਦੁਨੀਆ ਭਰ ਦੇ ਵਿੱਚ ਇਹ ਨਵੇਕਲਾ ਕਿਸਮ ਦਾ ਉਪਰਾਲਾ ਹੈ ਅਤੇ ਜਿਹੜੇ ਮਤਲਬ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਰਜਵਾੜਾ ਸ਼ਾਹੀ ਸਿਸਟਮ ਦੇ ਨਾਲ ਵਿਆਹ ਹੋ ਰਹੇ ਨੇ ਉਹਨੂੰ ਇੱਕ ਸੇਧ ਦੇਣ ਦੀ ਲੋੜ ਹੈ ਕਿਉਂਕਿ ਉਹਦੇ ਨਾਲ ਸਮਾਜ ਜਿਹੜਾ ਸਾਡਾ ਆਰਥਿਕ ਪੱਖੋਂ ਕਮਜ਼ੋਰ ਹੋ ਰਿਹਾ ਅਤੇ ਕਿਸਾਨ ਜ਼ਿਆਦਾਤਰ ਕਰਜ਼ਾਈ ਹੋ ਰਿਹਾ ਅਤੇ ਇਸ ਤਰ੍ਹਾਂ ਦੇ ਸਾਦੇ ਵਿਆਹ ਕਰਕੇ ਅਤੇ ਸਮਾਜ ਨੂੰ ਸੇਧ ਦੇਣ ਲਈ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਦੁਨੀਆ ਦੇ ਉੱਤੇ ਆਏ ਹਾਂ ਅਤੇ ਇੱਥੋਂ ਜਾਈਏ ਤਾਂ ਕੁਛ ਨਾ ਕੁਛ ਸਮਾਜ ਨੂੰ ਦੇ ਕੇ ਜਾਈਏ ਇਸ ਪੱਖੋਂ ਹੀ ਅਸੀਂ ਜਿਹੜੀ ਅੱਜ ਅੱਖਾਂ ਦਾਨ ਕਰਨ ਦੇ ਜਿਹੜੇ ਆ ਉਹ ਫਾਰਮ ਭਰ ਰਹੇ ਹਾਂ ਅਤੇ ਸਾਦਾ ਵਿਆਹ ਕੀਤਾ ਜੀ ਜਿਵੇਂ ਕਿ ਲੋਕ ਲੱਖਾਂ ਰੁਪਇਆ ਲਾ ਕੇ ਮੈਰਿਜ ਪੈਲਸਾਂ ਦੇ ਵਿੱਚ ਅਤੇ ਔਰਕੈਸਟਰਾ ਲਾ ਕੇ ਵਿਆਹ ਕਰਦੇ ਨੇ ਅੱਜ ਤੁਹਾਡਾ ਅਸੀਂ ਵਿਆਹ ਵੀ ਦੇਖਿਆ ਅਤੇ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦਾ ਤੁਹਾਨੂੰ ਸੋਚ ਕਿਵੇਂ ਆਈ ਹੈ ਤੁਹਾਡੀ ਨਹੀਂ ਦੇਖੋ ਅੱਜ ਸਾਡੇ ਇੱਕ ਵਿਆਹ ਨਹੀਂ ਦੋ ਵਿਆਹ ਨੇ ਜੀ ਇੱਕ ਮੇਰੇ ਚਾਚਾ ਜੀ ਦੇ ਬੇਟੇ ਦਾ ਵਿਆਹ ਹੈ ਅਤੇ ਉਹ ਦੋਨੇ ਪਰਿਵਾਰ ਜਿਹੜੇ ਸਾਡੇ ਸਹੁਰਾ ਪਰਿਵਾਰ ਆ ਉਹ ਅਲੱਗ ਅਲੱਗ ਪਿੰਡਾਂ ਤੋਂ ਨੇ ਅਤੇ ਉਹਨਾਂ ਨੂੰ ਅਸੀਂ ਇਕੱਠੇ ਇਤਿਹਾਸਕ ਗੁਰਦੁਆਰਾ ਜਿਹੜਾ ਭਗੜਾਣਾ ਸਾਹਿਬ ਹੈ ਨੌਵੇਂ ਪਾਤਸ਼ਾਹੀ ਦਾ ਉੱਥੇ ਸੱਦਿਆ ਅਤੇ ਉੱਥੋਂ ਅਸੀਂ ਜਿਹੜੀ ਹੈ ਡੋਲੀ ਇਹ ਵਿਦਾ ਹੋਊਗੀ ਅਤੇ ਅਸੀਂ ਇਹ ਬਿਲਕੁਲ ਸਾਦੇ ਤਰੀਕੇ ਨਾਲ ਅੱਜ ਦਾ ਇਹ ਕਾਰਜ ਕੀਤਾ ਹੈ। ਠੀਕ ਹੈ, ਦਵਿੰਦਰ ਕੌਰ ਜੀ, ਅੱਜ ਤੁਹਾਡੇ ਨਾਲ ਜਿਹੜਾ ਵਿਆਹ ਹੋਇਆ ਤੁਹਾਨੂੰ ਕਿਵੇਂ ਦਾ ਅੱਜ ਦਾ ਵਿਆਹ ਲੱਗ ਰਿਹਾ? ਜਿਵੇਂ ਕਿ ਲੋਕ ਪੂਰੀ ਐਸ਼ ਪ੍ਰਸਤੀ ਨਾਲ ਵਧੀਆ ਮੈਰਿਜ ਪੈਲਸਾਂ ਦੇ ਵਿੱਚ ਵਿਆਹ ਕਰਦੇ ਨੇ, ਤੁਸੀਂ ਅੱਜ ਸਾਦਾ ਕਰਿਆ, ਕੀ ਕਹਿਣਾ ਚਾਹੇਗਾ? ਮੈਨੂੰ ਮੇਰੇ ਹਸਬੈਂਡ ਜਗਜੀਤ ਸਿੰਘ ਪੰਜੋਲੀ ਦੁਆਰਾ ਇਹ ਮਤਲਬ ਦੱਸਿਆ ਗਿਆ ਕਿ ਸਾਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਸਿੰਪਲ ਅਤੇ ਸਾਦਾ ਵਿਆਹ ਕਰੀਏ ਅਤੇ ਜਿਸ ਵਿੱਚ ਕਿ ਸਾਡਾ ਸਾਥ ਪਰਵਿੰਦਰ ਕੌਰ ਮੇਰੇ ਫਰੈਂਡ ਨੇ ਉਹਨਾਂ ਨੇ ਵੀ ਸਾਥ ਦਿੱਤਾ ਮੇਰੀ ਦਰਾਣੀ ਜੀ ਅਤੇ ਅਸੀਂ ਅੱਜ ਪੁਨਰਜੋਤ ਵੈਲਫੇਅਰ ਸੋਸਾਇਟੀ ਨੂੰ ਆਪਣੀ ਆਈਜ਼ ਡੋਨੇਟ ਕਰ ਰਹੇ ਹਾਂ। ਮੈਂ ਤੁਹਾਡਾ ਦੋਨਾਂ ਦਾ ਫੈਸਲਾ ਸੀ ਕਿ ਤੁਹਾਡੇ ਪਰਿਵਾਰਾਂ ਨੇ ਵੀ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਸਾਡੇ ਪਰਿਵਾਰ ਨੇ ਰਲ ਕੇ ਸਾਰਿਆਂ ਨੇ ਫੈਸਲਾ ਕੀਤਾ ਕਿ ਸਾਨੂੰ ਆਈਜ਼ ਡੋਨੇਟ ਕਰਨੀ ਚਾਹੀਦੀ। ਤੁਹਾਨੂੰ ਕੀ ਲੱਗਦਾ ਵੀ ਜਿਹੜੇ ਲੋਕ ਮਹਿੰਗੇ ਵਿਆਹ ਕਰਦੇ ਨੇ ਵੀ ਹੁਣ ਇਹੋ ਜਿਹੇ ਕਰਨੇ ਚਾਹੀਦੇ, ਕੀ ਮੈਸੇਜ ਦੇਣਾ ਚਾਹੇਗੇ ਲੋਕਾਂ ਨੂੰ ਤੁਸੀਂ? ਮੇਰਾ ਇਹੀ ਮੈਸੇਜ ਹੈ ਕਿ ਸਭ ਨੂੰ ਇਹੀ ਉਪਰਾਲਾ ਕਰਨਾ ਚਾਹੀਦਾ ਹੈ ਕਿ ਸਾਦੇ ਵਿਆਹ ਕਰੋ, ਜਿਹਦੇ ਕਰਕੇ ਨਾਲ ਕਿ ਜਿਹੜੇ ਤੁਸੀਂ ਖਰਚੇ ਆਪਣੇ ਵਿਆਹਾਂ 'ਤੇ ਕਰ ਰਹੇ ਹੋ ਉਹ ਉਹਨਾਂ ਬੱਚੇ ਨੂੰ ਐਜੂਕੇਸ਼ਨ 'ਤੇ, ਜੋ ਕਿ ਗਰਲਸ ਹੈ ਮੋਸਟਲੀ ਲੋਕ ਡਰਦੇ ਹੈ ਕਿ ਅਸੀਂ ਗਰਲਸ ਨੂੰ ਨਹੀਂ ਪੜ੍ਹਾਉਣਾ, ਉਹਨਾਂ ਨੂੰ ਫਿਰ ਪੜ੍ਹਾ ਕੇ ਵੀ ਸਾਨੂੰ ਫਿਰ ਵੀ ਉਹਨਾਂ 'ਤੇ ਖਰਚਾ ਕਰਨਾ ਪੈਂਦਾ, ਅਗਰ ਇੱਦਾਂ ਸਾਦੇ ਵਿਆਹ ਹੋਣਗੇ ਤਾਂ ਲੋਕ ਅੱਗੇ ਇਹ ਵੀ ਨਹੀਂ ਕਦਮ ਉਹਨਾਂ ਦਾ। ਅਤੇ ਜਿਵੇਂ ਕਿ ਦੇਖਦੇ ਆ ਕਈ ਬੱਚੇ ਕੁੜੀਆਂ ਨੂੰ ਜੰਮਣ ਤੋਂ ਵੀ ਡਰਦੇ ਨੇ ਵੀ ਪੈਸੇ ਖਰਚ ਹੋਣਗੇ ਜਾਂ ਹੋਰ, ਉਹਦੇ ਬਾਰੇ ਕੀ ਕਹਿੰਗੇ ਤੁਸੀਂ? ਮਤਲਬ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਮੋਸਟਲੀ
ਬੇਸਿਕਲੀ ਪੰਜਾਬ ਵਿੱਚ ਇਹ ਹੁੰਦਾ ਹੈ ਕਿ ਲੋਕ ਇਹੀ ਡਰਦੇ ਨੇ ਕਿ ਕੁੜੀ ਹੋਈ ਹੈ ਸਾਡੇ ਘਰ ਉਹਨੂੰ ਪੜ੍ਹਾਵਾਂਗੇ ਕਿ ਉਹਨੂੰ ਵਿਆਹਾਂਗੇ, ਠੀਕ ਹੈ। ਅਗਰ ਅਸੀਂ ਸਾਦੇ ਵਿਆਹ ਹੋਣਗੇ ਤਾਂ ਲੋਕ ਉਹਨਾਂ ਨੂੰ ਪੜ੍ਹਾਉਣ ਵੱਲ ਜ਼ਿਆਦਾ ਜ਼ੋਰ ਦੇਣਗੇ, ਜਿੱਥੇ ਕਿ ਸਾਨੂੰ ਸਿਰਫ ਮਰਦ ਇੱਕ ਸੋਸਾਇਟੀ ਵਿੱਚ ਅੱਗੇ ਵੱਧਦੇ ਦਿਖਾਈ ਦਿੰਦੇ ਨੇ, ਸਾਨੂੰ ਔਰਤਾਂ ਵੀ ਅੱਗੇ ਵੱਧਦੇ ਦਿਖਾਈ ਦੇਣਗੇ ਇਸ ਤਰੀਕੇ। ਠੀਕ ਹੈ, ਥੈਂਕ ਯੂ। ਸਾਦਾ ਤੇ ਉਹਨਾਂ ਨੇ ਅੱਖਾਂ ਗੱਲ ਕੀਤੀ, ਕੀ ਕਹਿਣਾ ਚਾਹੇਗਾ ਤੁਸੀਂ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਸਾਡੇ ਗੁਰੂ ਸਾਹਿਬਾਨ ਦਾ ਹੁਕਮ ਹੈ, ਸਿੱਖ ਨੇ ਆਪਣਾ ਵਿਆਹ ਜਿਹੜਾ ਉਹ 125 ਰੁਪਏ 'ਚ ਕਰਾਉਣਾ। 125 ਰੁਪਏ ਦਾ ਮਤਲਬ ਇਹ ਹੈ ਕਿ ਗੁਰਦੁਆਰਾ ਸਾਹਿਬ ਦੋਨੇ ਪਰਿਵਾਰ ਜਾਣ, ਕੜਾਹ ਪ੍ਰਸ਼ਾਦ ਦੀ ਦੇਖ ਕਰਵਾਉਣ ਅਤੇ ਗੁਰੂ ਦਾ ਲੰਗਰ ਛਕਣ ਅਤੇ ਆਨੰਦ ਕਾਰਜ ਹੋ ਜਾਣ। ਇਹ ਗੁਰੂ ਦੀ ਮਰਿਆਦਾ ਹੈ, ਇਸ ਮਰਿਆਦਾ ਨੂੰ ਫਾਲੋ ਕਰਨ ਦਾ ਯਤਨ ਜਿਹੜਾ ਉਹ ਹਰ ਸਿੱਖ ਨੂੰ ਕਰਨਾ ਚਾਹੀਦਾ। ਮੈਂ ਬਹੁਤ ਲੰਮੇ ਸਮੇਂ ਤੋਂ ਵੇਖਦਾ ਆ ਰਿਹਾ ਔਰ ਮੈਂ ਪ੍ਰਚਾਰ ਵੀ ਕਰਦਾ ਇਸ ਗੱਲ ਦਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚੇ ਬੱਚੀ ਦੇ ਵਿਆਹ ਜਿਹੜੇ ਨੇ ਉਹ ਸਾਦੇ ਕਰਨੇ ਚਾਹੀਦੇ ਨੇ, ਬਿਨਾਂ ਦਾਜ ਦਹੇਜ ਤੋਂ ਕਰਨੇ ਚਾਹੀਦੇ ਨੇ। ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਸ਼ਾਦੀ ਵੀ ਬਿਨਾਂ ਦਾਜ ਦਹੇਜ ਤੋਂ ਕੀਤੀ ਸੀ ਔਰ ਬਹੁਤ ਸਿੰਪਲ ਤਰੀਕੇ ਨਾਲ ਆਨੰਦ ਕਾਰਜ ਲਏ ਸੀ। ਮੈਂ ਆਪਣੇ ਬੱਚੇ ਦੇ ਆਨੰਦ ਕਾਰਜ ਵੀ ਕੀਤੇ, ਗੁਰਦੁਆਰਾ ਸਾਹਿਬ ਕੀਤੇ, ਨਾਨਕਿਆਣਾ ਸਾਹਿਬ। ਸਰਦਾਰ ਜਗਜੀਤ ਸਿੰਘ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਅਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਜਦੋਂ ਇਹਨਾਂ ਬੱਚਿਆਂ ਦੇ ਆਨੰਦ ਕਾਰਜਾਂ ਦੀ ਗੱਲ ਚੱਲੀ, ਅਸੀਂ ਆਪ ਆ ਕੇ ਲੜਕੀ ਵਾਲੇ ਦੇ ਪਰਿਵਾਰਾਂ ਨੂੰ ਅਸੀਂ ਆਪ ਅਪਰੋਚ ਕੀਤੀ, ਇਸੇ ਸਥਾਨ 'ਤੇ ਉਹਨਾਂ ਨੂੰ ਬੁਲਾਇਆ, ਬੁਲਾ ਕੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਅਸੀਂ ਗੁਰਦੁਆਰਾ ਸਾਹਿਬ ਹੀ ਆਨੰਦ ਕਾਰਜ ਕਰਨੇ ਨੇ। ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ, ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ। ਗੁਰਦੁਆਰਾ ਸਾਹਿਬ ਆਨੰਦ ਕਾਰਜ ਕੀਤੇ, ਚਾਹ ਪਾਣੀ ਸਿੰਪਲ ਤਰੀਕੇ ਦਾ ਹੋਇਆ, ਉਪਰੰਤ ਗੁਰੂ ਦਾ ਲੰਗਰ ਜਿਹੜਾ ਹੈ ਉਸ ਪੰਗਤ ਵਿੱਚ ਬੈਠ ਕੇ ਛਕਿਆ, ਇਹੀ ਗੁਰੂ ਦੀ ਮਰਿਆਦਾ ਸੀ ਅਤੇ ਇਹਦੀ ਇਹਨਾਂ ਨੇ ਪਾਲਣਾ ਕੀਤੀ ਹੈ। ਇਹਦੀ ਜਿੰਨੀ ਪ੍ਰਸ਼ੰਸਾ ਕੀਤੀ ਜਾ ਸਕੇ ਉਨੀ ਥੋੜ੍ਹੀ ਹੈ। ਮੈਂ ਸਮਝਦਾ ਵੀ ਲੋਕ ਜਿਹੜੇ ਨੇ ਖੁਦਕਸ਼ੀਆਂ ਕਰਦੇ ਨੇ, ਉਹ ਗਿਲਾ ਕਰਦੇ ਨੇ ਵੀ ਸਰਕਾਰ ਸਾਡਾ ਆਹ ਨਹੀਂ ਕਰਦੀ, ਸਰਕਾਰ ਉਹ ਨਹੀਂ ਕਰਦੀ, ਜੋ ਕੁਛ ਸਾਨੂੰ ਕਰਨਾ ਚਾਹੀਦਾ। ਮੇਰਾ ਨਾਮ ਪਰਮਿੰਦਰ ਸਿੰਘ ਹੈ। ਪਰਮਿੰਦਰ ਸਿੰਘ ਜੀ, ਅੱਜ ਤੁਸੀਂ ਜਿਹੜਾ ਨਵਕੇਲਾ ਵਿਆਹ ਕੀਤਾ ਹੈਗਾ ਸਾਜੋ ਸ਼ਹਿਰ ਤੋਂ ਪਰੇ ਹੋ ਕੇ, ਕੀ ਕਹਿਣਾ ਚਾਹੇਗਾ ਸੀ? ਸਰ, ਮੈਂ ਕਹਿਣਾ ਚਾਹੁੰਦਾ ਕਿ ਇਹਦਾ ਇੱਕ ਸਾਰੇ ਸਮਾਜ ਨੂੰ, ਆਪਣੀ ਦੁਨੀਆਂ ਨੂੰ ਅਲੱਗ ਮੈਸੇਜ ਆਉਂਦਾ। ਆਪਾਂ ਜੇ ਜ਼ਿਆਦਾ ਖਰਚੇ ਕਰਾਂਗੇ ਵਿਆਹਾਂ 'ਤੇ, ਦੋਨੇ ਪਰਿਵਾਰਾਂ 'ਤੇ ਬੋਝ ਪੈਂਦਾ ਹੈ ਅਤੇ ਉਹ ਬੋਝ ਦਾ ਉਹਨਾਂ ਨੂੰ ਬਾਅਦ ਵਿੱਚ ਆਰਥਿਕ ਪ੍ਰੋਬਲਮ ਝੱਲਣੀ ਪੈਂਦੀ ਹੈ। ਇਸ ਕਰਕੇ ਇਹ ਹਰ ਬੰਦਾ ਚਾਹੁੰਦਾ ਵੀ ਆਪਣੀ ਲਾਈਫ ਦੇ ਵਿੱਚ ਕੁਛ ਨਵਾਂ ਕੀਤਾ ਜਾਵੇ, ਅਤੇ ਅਸੀਂ ਵੀ ਇਹ ਸੋਚਿਆ ਵੀ ਅਸੀਂ ਕੁਛ ਨਾ ਕੁਛ ਇਹੋ ਜਿਹਾ ਨਵਾਂ ਕਰੀਏ ਜਿਹਨਾਂ ਸਮਾਜ ਦੀ ਅਤੇ ਕਿਸੇ ਪ੍ਰੋਬਲਮ ਜਿਸਦੇ ਕਿਸੇ ਲੋੜਵੰਦ ਬੰਦਾ ਭਲਾ ਹੋ ਸਕੇ, ਤਾਂ ਅਸੀਂ ਇਹ ਕਦਮ ਚੁੱਕੇ। ਅਤੇ ਕੀ ਵਿਆਹ ਦੇ ਵਿੱਚ ਤੁਸੀਂ ਕੀਤਾ, ਜਿਹੜੀਆਂ ਅੱਖਾਂ ਡੇਟ ਹੋਰ ਕੀ ਕਿਹਾ? ਅਸੀਂ ਬਿਲਕੁਲ ਸਿੰਪਲ ਵਿਆਹ ਕੀਤਾ, ਗੁਰੂ ਘਰ, ਆਨੰਦ ਘਰ, ਮੈਰਿਜ ਵਗੈਰਾ ਸਭ ਪ੍ਰੋਗਰਾਮ ਗੁਰੂ ਘਰ ਹੈ, ਲੰਗਰ ਪ੍ਰਸ਼ਾਦਾ ਸਿੰਪਲ ਹੈ ਸਭ, ਕਿਸੇ ਪਰਿਵਾਰ 'ਤੇ ਮਤਲਬ ਆਰਥਿਕ ਤਰ੍ਹਾਂ ਦਾ ਕੋਈ ਲੋੜ ਨਹੀਂ ਪਊਗਾ। ਕੀ ਮੈਸੇਜ ਦੇਣਾ ਚਾਹੇਂਗੇ ਤੁਸੀਂ ਜਿਹੜਾ ਵੀ ਜਿਵੇਂ ਕਿ ਲੋਕ ਮਹਿੰਗੇ ਵਿਆਹ ਕਰਕੇ ਕਰਜ਼ੇ ਦੇ ਥੱਲੇ ਆਉਂਦੇ ਨੇ ਅਤੇ ਇੱਕ ਦੂਜੇ ਨੂੰ ਦੇਖ ਕੇ ਵੀ ਹੋਰ ਇਸੇ ਤਰ੍ਹਾਂ ਵੱਡੇ ਵੱਡੇ ਮੈਰਿਜ ਪੈਲਸਾਂ ਦੇ ਵਿੱਚ ਵਿਆਹ ਕਰਦੇ ਨੇ? ਦੇਖੋ, ਖੁਸ਼ੀ ਦਾ ਮਤਲਬ ਜ਼ਿਆਦਾ ਪੈਸਾ ਲਾ ਕੇ ਨਹੀਂ ਖੁਸ਼ੀ ਆਪਾਂ ਮਨਾ ਸਕਦੇ, ਖੁਸ਼ੀ ਇਹ ਸੰਤੁਸ਼ਟੀ ਹੋਣੀ ਚਾਹੀਦੀ ਬੰਦੇ ਨੂੰ। ਕਿਸੇ ਬੰਦੇ ਨੂੰ ਜ਼ਿਆਦਾ ਪੈਸਾ ਲਾ ਕੇ ਸੰਤੁਸ਼ਟੀ ਹੁੰਦੀ ਹੈ, ਕਿਸੇ ਨੂੰ ਕੁਛ ਦਾਨ ਕਰਕੇ ਜਾਂ ਅਲੱਗ ਅਲੱਗ ਤਰ੍ਹਾਂ ਦੇ ਸੋਰਸ ਹੁੰਦੇ ਨੇ ਖੁਸ਼ੀ ਮਨਾਉਣ ਦੇ। ਅਤੇ ਅਸੀਂ ਆਪਾਂ ਸੋਚਿਆ ਕਿ ਸਮਾਜ ਨੂੰ ਇਹ ਸੇਧ ਦਿੱਤੀ ਜਾਵੇ ਕਿ ਖੁਸ਼ੀ ਮਨਾਉਣਾ, ਲੋੜਵੰਦਾਂ ਦੀ ਹੈਲਪ ਕਰੋ, ਇਹ ਬਹੁਤ ਵੱਡੀ। ਹਾਂਜੀ, ਮੈਂ ਇੰਡੀਅਨ ਆਰਮੀ ਦੇ ਵਿੱਚ ਜੋਬ ਕਰਦਾ ਅਤੇ ਮੈਂ ਦੂਜੇ ਸਟੇਟਾਂ ਦੇ ਲੋਕਾਂ ਤੋਂ ਕਾਫੀ ਸੁਣਿਆ ਕਿ ਪੰਜਾਬ ਵਿੱਚ ਵਿਆਹ ਬਹੁਤ ਵਧੀਆ ਹੁੰਦੇ ਨੇ। ਸਾਰੀ ਆਲ ਇੰਡੀਆ ਦੇ ਜਿੰਨੇ ਵੀ ਸਟੇਟਸ ਨੇ ਉਹ ਸਾਰੇ ਕਹਿੰਦੇ ਨੇ ਵੀ ਪੰਜਾਬ ਦੇ ਵਿਆਹ ਵਰਗਾ ਵਿਆਹ ਕੋਈ ਹੈ ਨਹੀਂ, ਪਰ ਜਿਹੜਾ ਉਹਨਾਂ ਪਰਿਵਾਰਾਂ 'ਤੇ ਬਾਅਦ 'ਚ ਲੋੜ ਪੈਂਦਾ ਉਹਦਾ ਰਿਜ਼ਲਟ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਹੈ। ਮੈਂ ਇਹੀ ਕਹਿਣਾ ਚਾਹੁੰਦਾ ਕਿ ਸਿੰਪਲ ਵਿਆਹ ਕਰੋ, ਲੋੜਵੰਦਾਂ ਦੀ ਮਦਦ ਕਰੋ। ਪਰਮਿੰਦਰ ਕੌਰ ਜੀ, ਜਿਹੜਾ ਤੁਸੀਂ ਅੱਜ ਵਿਆਹ ਕਰਿਆ ਸਾਦਾ ਅਤੇ ਸਾਦਗੀ ਨਾਲ, ਕੀ ਕਹਿਣਾ ਚਾਹੇਗੇ? ਕਰਜ਼ਾ ਚੁੱਕ ਕੇ ਵਿਆਹ ਕਰਦੇ ਆ, ਬਹੁਤ ਸਾਰਾ ਪੈਸਾ ਵੀ ਬਚਦਾ ਔਰ ਲੋਕੀ ਕਰਜ਼ਾਈ ਨਹੀਂ ਹੁੰਦੇ। ਕੀ ਮੈਸੇਜ ਦੇਣਾ ਚਾਹੇਂਗੇ ਤੁਸੀਂ ਜਿਹੜਾ ਦੁਨੀਆ ਨੂੰ ਜਿਹੜੇ ਵਿਆਹ ਕਿਉਂ ਹੁੰਦੇ ਹੋਣੇ ਚਾਹੀਦੇ? ਮੈਂ ਇਹੋ ਕਹਿਣਾ ਚਾਹਾਂਗੀ ਕਿ ਵਿਆਹ ਬਿਲਕੁਲ ਨੋਰਮਲ ਐਂਡ ਸਿੰਪਲ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੇ ਜ਼ਿਆਦਾ ਕਰਜ਼ੇ ਦਾ ਬੋਝ ਨਾ ਬਣੇ। ਕਈ ਵਾਰ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਲੋਕ ਕਰਜ਼ਾ ਚੁੱਕ ਕੇ ਵਿਆਹ ਕਰ ਦਿੰਦੇ ਨੇ, ਬਾਅਦ ਵਿੱਚ ਖੁਦਕੁਸ਼ੀਆਂ ਵੀ ਕਰਦੇ ਨੇ। ਠੀਕ ਹੈ।